गर्मी बड़ी है ना, गर्मी ने ना अग कड़ी पई आ, गांह झोने लगन लग पैने आ, फिर होर गर्मी हो जानी आ, पानी थले चल जाना आ, फिर मोटर दे विच टोटे पाने पैंदे आ। अहीं दोवें चले सीगे अज एसी दे पाइप लैन, एसी अपने इधर भी लगना आ ते उधर भी लगने आ, उधर ज्यादा लगने, इधर एक ही लगना आ, उन्हां दे पाइप लैन चले सीगे। ਉੱਧਰ ਤਾਂ ਗੱਡੀ ਉਹ ਚਾਹੀਦੀ ਭਾਜੀ ਪੱਕੀ ਵਧੀਆ ਮਸ਼ੀਨਰੀ ਵਾਲੀ। ਹਾਂ ਉੱਧਰ ਜਿੱਦਾਂ ਉਹ ਜਿੱਦਾਂ ਨਾ ਦੇਸੀ ਜਗਾੜ ਵਾਲੀ ਜੀਪ ਹੋ ਗਈ ਜਾਂ ਜਿਪਸੀ ਲਾਇਆ ਸਾਵੇ ਨਹੀਂ ਕਾਢ ਕੱਢਣੀ ਆ ਬੂਆ ਬੰਦ ਕਰ ਜਿਪਸੀ ਜੁਪਸੀ ਵੀ ਨਹੀਂ ਕਾਢ ਕੱਢੇ ਜਿੱਥੇ ਕਮਾਨੀ ਟੁੱਟ ਗਈ ਕਿੱਥੋਂ ਬਿਲਡਿੰਗ ਕਰਾਉਣੀ ਨਹੀਂ ਜਿਪਸੀ ਤੇ ਚੱਲ ਜਾਣੀ ਆ ਤੇ ਜੇ ਮੈਂ ਗਿਆ ਫੈਮਲੀ ਨਾਲ ਫੇਰ ਤਾਂ ਥਾਰ ਲਿਜਾਊਂਗਾ ਜੇ ਗਏ ਅਸੀਂ ਮੁੰਡੇ ਫੇਰ ਅਸੀਂ ਜਿਪਸੀ ਲੈ ਕੇ ਜਾਵਾਂਗੇ ਨਹੀਂ ਜਿੱਦਾਂ ਹੁਣ ਮੇਰੇ ਕਹਿਣ ਦਾ ਮਤਲਬ ਉੱਧਰ ਕਮਾਨੀ ਟੁੱਟ ਗਈ ਹਾਂ ਉੱਥੇ ਬਾਈ ਚਾਂਸ ਟੁੱਟਦੇ ਵੀ ਕੁਛ ਇਦਾਂ ਵਾ ਉੱਥੇ ਫਿਰ ਰਸੀਆਂ ਰਸੀਆਂ ਲਵੇ ਬਿਲਡਿੰਗ ਸੈੱਟ ਲਈ ਨਾ ਮੇਰਾ ਇਹ ਟੇਡੀ ਟੇਡੀ ਲਈ ਫਿਰ ਔਰ ਉਹ ਹਾਇਰ ਪੱਕਾ ਕੰਮ ਕਰਕੇ ਲਈ ਆਵੇ ਫਿਰ ਹਾਂ ਯਾਰ ਪੂਰਾ ਐਨ ਭੰਨ ਕੇ ਨਾ ਚੰਗੇ ਦਾ ਦੇਖ ਲਵੇ ਕੁਛ ਹਾਂ ਫਿੱਟ ਕਰਾ ਕੇ 15 ਦਿਨ ਚਲਾਵੇ ਬਾਅਦ ਰੋਜ਼ ਚਲਾ ਕੇ ਦੇਖਾਂਗੇ ਨਾ 10 ਕਿ ਦਿਨ ਇੱਥੇ ਨਹੀਂ ਤਾਂ ਫਿਰ ਪਹਿਲਾਂ ਸ਼ਿਮਲੇ ਦਾ ਟੂਰ ਨਾ ਕੱਢਾ ਹੀ ਉੱਤੇ ਦੇਖ ਲਾਂਗੇ ਪਹਾੜੀ ਚੜ੍ਹਦੀ ਵੀ ਹੈ ਕਿ ਨਹੀਂ ਕਿਉਂਕਿ ਚੜ੍ਹਾਈ ਤੇ ਸਿੱਧੀ ਸੜਕ ਤੇ ਬੜਾ ਫਰਕ ਹੁੰਦਾ ਆ ਉੱਤੇ ਥੋੜਾ ਵੀ ਮਾੜੀ ਜੀ ਚੜ੍ਹਾਈ ਕਦੀ ਐ ਕਦੀ ਐ ਇਦਾਂ ਇਦਾਂ ਹੀ ਆ ਸੜਕਾਂ ਸਾਰੇ ਇਦਾਂ ਹੀ ਆ ਇਹ ਪੱਕੀਆਂ ਹੁੰਦਾ ਵੀ ਆ ਹੋਇਆ ਪੈਪ ਬੜੇ ਮਹਿੰਗੇ ਆ 5 ਕਿਲੋ 900 ਗ੍ਰਾਮ ਆ ਇਹਨਾਂ ਦਿੱਤੇ ਚੱਲ ਜਾਣਾ 1000 ਰੁਪਏ ਕਿਲੋ ਆ ਯਾਰ ਆ ਪੈਪ ਹਾਂ ਜੀ ਲੈ ਲਓ ਹਾਂ ਜੀ 3000 ਰੁਪਏ ਕਿਲੋ ਆ 2000 ਸੇ ਉੱਪਰ ਹਾਂ ਜਿਵੇਂ ਲੈ ਲਓ ਸੁਣੋ खराब हो गया इना महंगा समान इथो बढ़ना बाला ही महंगा काम हाँ सठा का एक क्या हैगी है 1180 रुपये किलो 1180 के सठ सी 1180 कोपर पैप कटन वाली मशीन कह देंगे इन जगाड़ ट्यूब कटर कट पैप होने शुरू कर देंगे आप दोवी भी मोटी जी पतली होंगी हम ए टेप कर देनी है ना एक थानी गैस तां भी जांदी एक थानी ठाम होंदी नहीं उस तो थल्ले में होगी गैस ऊपर होगी आओ अंधेरा बड़ा यार अंदर ले मैंने ना इधर लाइट आउंदी है ऐसे आके अंधेरा हो जाता है उदा वधिया यार ठंडा रह करूंगा थल्ले वाला तां एसी घट चलिया करूंगा लागियां लैण दे विच फिर
ਰਾਤੀ ਜੀ ਉਸੀ ਲਿਆ ਕੇ ਖੜੀ ਕਰਤੀ ਸੀ ਆਪਾਂ ਹੁਣ ਇਹ 'ਚ ਕਿਹੜੀ ਛੇੜੀ ਮਾਰਿਆ ਕਰਾਂਗੇ ਹੁਣ ਆਪਣਾ ਐਮਾਜ਼ੋਨ ਤੋਂ ਪਾਰਸਲ ਆ ਗਿਆ ਇੱਕ ਉਹ ਬੜਾ ਬੰਦਾ ਇਹ ਮੰਗਾਇਆ ਮੈਂ ਟਰੈਵਲ ਦੀ ਚੀਜ਼ਾਂ ਇਕੱਠੀਆਂ ਕਰੀ ਜਾਂਦੇ ਮੈਂ ਬਸ ਥੋੜ੍ਹੇ ਦਿਨਾਂ ਦੇ ਵਿੱਚ ਨਿਕਲ ਜਾਣਾ ਅਰੇ ਭਾਈ ਸਾਹਿਬ दो तीन चीजा मंगाईया भेजा उन्होंने एक जैरी कैन भी मंगाया जिसे तेल पाई दी रूट लंबा आ करके ना मेन मेन चीजा मंगा लिया हमें इकट्ठिया करा ता ही पाँ दसा दिन तक हो जूगी ਵੀ ਰਹਿ ਜੀਏ ਦਿਲ ਦਾ ਸਪੈਸ਼ਲ ਗੱਡੀਆਂ ਜਾਣੀਆਂ ਆਪਣੀਆਂ ਦੋ ਜਾਂ ਤਿੰਨ ਦੋ ਤਾਂ ਪੱਕੀਆਂ ਜਾਣੀਆਂ ਹੀ ਜਿਹਨਾਂ ਤਾਂ ਕਰਕੇ ਮੰਗਾਇਆ ਮੈਂ ਤਾਂ ਮੰਗਾਇਆ ਵਾ ਮੈਂ ਤੁਹਾਨੂੰ ਉਹ ਵੀ ਤੇਲ ਦਊਂਗਾ ਚਲਾ ਕੇ ਵੀ ਦਿਖਾਊਂਗਾ ਵੈਸੇ ਤਾਂ ਇਹ ਜਿਹੜਾ ਨਾ ਇਹ ਬੈਨ ਆ ਇਹਦਾ ਲਾਇਸੈਂਸ ਲੈਣਾ ਪੈਂਦਾ ਆ ਚਲਾ ਨਹੀਂ ਸਕਦੇ ਆਪਾਂ ਅਤੇ ਕੁਝ ਕੁ ਹੈਗੇ ਆ ਜਿਹੜੇ ਇੰਡੀਆ ਵਿੱਚ ਅਲਾਊਡ ਆ ਤਾਂ ਮੰਗਾਇਆ ਮੈਂ ਉਹ ਮੰਗਾਇਆ ਜਿਹੜਾ ਅਲਾਊਡ ਹੈਗਾ ਆ ਇਹਨਾਂ ਦਾ ਫ੍ਰੀਕੁਐਂਸੀ ਕੀ ਕਹਿੰਦੇ ਫ੍ਰੀਕੁਐਂਸੀ ਉਹਨਾਂ ਦਾ ਚੱਕਰ ਹੁੰਦਾ ਕੋਈ ਛੋਟਾ ਮੰਗਾ ਸਕਦੇ ਵੱਡਾ ਨਹੀਂ ਮੰਗਾ ਸਕਦੇ ਹੁਣ ਮੈਂ ਇਹਨੂੰ ਦੇਖ ਲਵਾਂ ਉਸ ਤੋਂ ਬਾਅਦ ਤੁਹਾਨੂੰ ਰਿਵਿਊ ਦਊਂਗਾ ਸਾਰਿਆਂ ਨੂੰ ਨਾਲੇ ਗੱਲਬਾਤ ਨਾਲੇ ਟੈਸਟ ਕਰਾਂਗੇ ਕਿੰਨੀ ਦੂਰ ਤੱਕ ਇਹਦੀ ਰੇਂਜ ਆ ਕਿਉਂਕਿ ਉੱਥੇ ਟਾਵਰ ਨਹੀਂ ਆਉਂਦੇ ਜੇ ਇਸ ਏਰੀਏ 'ਚ ਜਾਣਾ ਅਸੀਂ ਤਾਂ ਫਿਰ ਬੰਦਾ ਉੱਥੇ ਇੱਕ ਤਾਂ ਆਕਸੀਜਨ ਵੀ ਹੈ ਨਹੀਂ ਹਵਾ ਇੰਨੀ ਠੰਡੀ ਹੁੰਦੀ ਅਤੇ ਇੰਨੀ ਖੁਸ਼ਕ ਹੁੰਦੀ ਆ ਨਾ ਬਾਹਰ ਨਹੀਂ ਨਿਕਲ ਸਕਦਾ ਬੰਦਾ ਫਿਰ ਇਹਦੇ ਨਾਲ ਹੀ ਬਾਤਚੀਤ ਅੱਗੇ ਪਿੱਛੇ ਗੱਡੀਆਂ ਹੋ ਜਾਂਦੀਆਂ ਨਾ ਬਾਤਚੀਤ ਟੈਸਟਿੰਗ ਸ਼ੁਰੂ ਹੋਣ ਲੱਗੀ ਆ ਅੰਦਰੋਂ ਸਿਮਰ ਬੋਲੂਗੀ ਇਹ ਤਾਂ ਆਪਾਂ ਛੋਟੀ ਜਿਹੀ ਟੈਸਟਿੰਗ ਕਰਨ ਲੱਗੇ ਹਜੇ ਹੈਲੋ ਹਾਂਜੀ ਆਉਂਦੀ ਆਵਾਜ਼ ਜੀ ਆਉਂਦੀ ਮੈਂ ਹੁਣ ਕਮਰੇ ਤੋਂ ਬਾਹਰ ਆ ਗਿਆ ਹੁਣ ਆਪਾਂ ਉੱਧਰ ਜਾ ਕੇ ਦੇਖਦੇ ਹਾਂ ਦੂਜੀ ਸਾਈਡ ਉੱਧਰਲੀ ਸਾਈਡ ਜਾ ਕੇ ਦੇਖਦੇ ਹਾਂ ਇਹ ਤਾਂ ਛੋਟਾ ਮੋਟਾ ਟੈਸਟ ਕਰਨ ਲੱਗਾ ਇਹ ਤੋਂ ਬਾਅਦ 'ਚ ਵੱਡਾ ਟੈਸਟ ਕਰਾਂਗੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਉੱਚੀ ਬੋਲੋ ਜੀ ਆਵਾਜ਼ ਤੁਹਾਡੀ ਥੋੜ੍ਹੀ ਆਉਂਦੀ ਹੈ ਜੀ ਆਵਾਜ਼ ਬਹੁਤ ਹੌਲੀ ਆ ਰਹੀ ਹੈ ਜੀ ਉਹ ਮੈਂ ਇੱਥੇ ਆਵਾਜ਼ ਹੌਲੀ ਕੀਤੀ ਸੀ ਆ ਜਿਹੜਾ ਆਵਾਜ਼ ਵਾਲਾ ਬਟਨ ਆ ਜੇ ਤੋਂ ਔਨ ਆਫ ਹੁੰਦਾ ਨਾ ਹੁਣ ਮੇਰੀ ਆਵਾਜ਼ ਸਾਫ਼ ਆਉਂਦੀ ਆ ਹਾਂਜੀ ਪੂਰੀ ਸਾਫ਼ ਆਉਂਦੀ ਆ ਮੇਰੀ ਸਾਫ਼ ਆਉਂਦੀ ਆ ਹਾਂਜੀ ਹਾਂਜੀ ਸਾਫ਼ ਆਉਂਦੀ ਆ ਜੀ ਉਹ ਉਧਰੋਂ ਮੈਂ ਇੱਧਰ ਆ ਗਿਆ ਕਿੱਥੇ ਕਿ ਚਲ ਗਏ ਆ ਮੈਂ ਆਪਣੇ ਸਾਹਮਣੇ ਜਿੱਥੇ ਬਣਾਇਆ ਆਪਾਂ ਉਧਰ ਆ ਗਿਆ ਠੀਕ ਆ ਆਵਾਜ਼ ਬਿਲਕੁਲ ਸਾਫ਼ ਆ ਵਾਹ ਠੀਕ ਆ ਵਧੀਆ ਆਵਾਜ਼ ਆਉਂਦੀ ਆ ਮੈਂ ਹੁਣ ਉੱਪਰ ਆ ਗਿਆ ਆ ਕਿੱਦਾਂ ਦੀ ਆਵਾਜ਼ ਆਉਂਦੀ ਆ ਜੀ ਬਿਲਕੁਲ ਕਲੀਅਰ ਆਉਂਦੀ ਆ ਸਾਫ਼ ਆਉਂਦੀ ਆ ਮੈਂ ਕਿਹਾ ਮਿਸ਼ਨ ਸਕਸੈਸਫੁਲ ਹੋ ਗਿਆ ਵਾ ਚਲੋ ਬੰਦ ਕਰ ਦੋ ਮੈਂ ਆਉਣਾ ਇੱਧਰ ਓਕੇ ਚਲੋ ਇਹ ਤਾਂ ਵਧੀਆ ਹੋ ਗਿਆ ਵੀ ਉਧਰੋਂ ਇੱਧਰ ਆਵਾਜ਼ ਬੂਜ ਵਧੀਆ ਆਉਂਦੀ ਆ ਅਤੇ ਹੁਣ ਮੈਂ ਨਾ ਥੋੜ੍ਹਾ ਜਿਹਾ ਸੂਰਜ ਢਲਦਾ ਆ ਗਰਮੀ ਬੜੀ ਆ ਨਾਲ ਇੱਕ ਜਣਾ ਲਵਾਂਗਾ ਕੋਈ ਯਾਰ ਮਿੱਤਰ ਅਤੇ ਫਿਰ ਨਾ ਇਹਨੂੰ ਕਿਲੋਮੀਟਰ ਫਿਰ ਡੇਢ ਕਿਲੋਮੀਟਰ ਫਿਰ ਦੋ ਕਿਲੋਮੀਟਰ ਇਸੇ ਵੀਡੀਓ ਦੇ ਵਿੱਚ ਹੀ ਦੇਖਾਂਗੇ ਗਰਮੀ ਥੋੜ੍ਹੀ ਜਿਹੀ ਘੱਟ ਜਾਵੇ ਗਰਮੀ ਬਹੁਤ ਆ ਚੀਜ਼ ਵਧੀਆ ਆ ਉੱਦਾਂ ਮੇਰੇ ਖਿਆਲ ਨਾਲ 24 ਘੰਟੇ ਆ ਰਹਿੰਦੀ ਇਹਦੀ ਬੈਟਰੀ ਸ਼ਾਇਦ ਜ਼ਿਆਦਾ ਚਿਰ ਰਹਿੰਦੀ ਹੋਵੇ
मैं हजे उत्ते पढ़िया नहीं मीनू वगैरह सौखा ही आ बस चैनल सिलेक्ट करो आवाज उच्ची घाटे तो बाकी मैं चला के देख लवा फिर ही तुम रिव्यू दूंगा चीज वधिया है उदा ट्रैकिंग करन नूं ट्रैवलिंग करन नूं किते बाहर जाना होवे जां अपने सिक्योरिटी गार्ड नूं देना होवे फैक्टरी दे विच यूजली जिहड़े कम कार आपां बिजनेस आ कोई भी उहदे लई बहुत वधिया आ ते लाइसेंस फ्री आ इहदा नाम हैगा आ बी फोंग ऑफ कर दवां हां जी हां जी कर दो ओफ जी आउंदा मैं मतलब अज रात नूं चले आ ते गेड़ी मारन शहर नूं खाण पीण ਯਾਰਾਂ ਮਿੱਤਰਾਂ ਨਾਲ ਉੱਦਾਂ ਮੈਂ ਜਾਂਦਾ ਨਾ ਥਾਰ 'ਤੇ ਜ਼ਿਆਦਾ ਮੈਂ ਕਿਹਾ ਹੁਣ ਇਹਨੂੰ ਚਲਾਇਆ ਕਰਨਾ ਇੱਕ ਤਾਂ ਐਵਰੇਜ ਆ ਇਹਦੀ ਦੂਜਾ ਇਹ ਟੈਸਟ ਹੋ ਜੂਗੀ ਨਾਲੇ ਸਾਰੀ ਦਿਨੇ ਤਾਂ ਗਰਮੀ ਬਹੁਤ ਹੁੰਦੀ ਆ ਤਾਂ ਕਰਕੇ ਹਰ ਸਾਈਡ 'ਤੇ ਅੱਜ ਤੋਂ ਬਸ ਫੈਮਿਲੀ ਨਾਲ ਹੀ ਉੱਥੇ ਇਹਨੂੰ ਹੁਣ ਢੱਕਣਾ ਆਪਾਂ ਸਾਰੇ ਬੰਦੇ ਹੁਣ ਧੂਤੀ ਹੁਣਾਂ ਨੂੰ ਉਡੀਕਣ ਦਿਆ ਇੱਧਰ ਆਉਣਾ ਉਹਨਾਂ ਨੇ ਹਨੇਰਾ ਜ਼ਿਆਦਾ ਹੋ ਗਿਆ ਲੇਟ ਹੋ ਜਾਣਾ ਉਹਦਾ ਸੰਧੂ ਹੁਣੇ ਵੀ ਆਏ ਹੋਏ ਜਲੰਧਰ ਜੇ ਉੱਥੇ ਟਾਈਮ ਲੱਗਾ ਤਾਂ ਉਹਨਾਂ ਨੂੰ ਘੰਟੀ ਮਾਰ ਲਾਂਗੇ ਕਿਉਂਕਿ ਉਹਨਾਂ ਦੀ ਫਲੈਟ ਆ ਕੱਲ੍ਹ ਦੀ ਮੰਡੇ ਦੀ ਉਹਨਾਂ ਨੇ ਚੱਲ ਜਾਣਾ ਆ ਅੱਜ ਮੇਰਾ ਨਹੀਂ ਟਾਈਮ ਲੱਗਾ ਨਹੀਂ ਤਾਂ ਮੈਂ ਪਹਿਲੇ ਚੱਲ ਜਾਣਾ ਸੀਗਾ ਆ ਜਾਓ ਦੋ ਬੰਦੇ ਤਾਂ ਵਧੀਆ ਅੱਗੇ ਬਹਿ ਜਾਂਦੇ ਆ ਏ ਸੀ ਊਸੀ ਸਿਸਟਮ ਓਕੇ ਆ ਜਦੋਂ ਤੀਜਾ ਬੰਦਾ ਬਹਿੰਦਾ ਨਾ ਉਦੋਂ ਔਖਾ ਹੋ ਜਾਂਦਾ ਆ ਤੀਜੇ ਬੰਦੇ ਲਈ ਉਹਨੂੰ ਏ ਸੀ ਨਹੀਂ ਮਿਲਦਾ ਫਿਰ ਤਾਂ ਕਰਕੇ ਆਹ ਨਾ ਟੇਪਰ ਜੀ ਐਂ ਸਿੱਟ ਲੈਣੀ ਆ ਹੁਣ ਅਸੀਂ ਅਤੇ ਤੀਜਾ ਬੰਦਾ ਇੱਥੇ ਬਹਿ ਜਾਵੇ ਇਹਦੇ ਉੱਤੇ ਉਹਨੂੰ ਵੀ ਏ ਸੀ ਦੀ ਹਵਾ ਹੂਆ ਲੱਗੀ ਜਾਵੇ ਗਰਮੀ ਬੜੀ ਆ ਨਾ ਆ ਗਏ ਹੋਰ ਠੀਕ ਠਾਕ ਹੋਰ ਠੀਕ ਠਾਕ ਮੈਂ ਤਾਂ ਠੇਕੇਦਾਰ ਚੱਲੇ ਹਾਂ ਜੀ ਸਰੀਆ ਲੈਣ ਜਿਹੜੀ ਨਾ ਹੁੰਦੀ ਲਾਸਟ ਵਿੱਚ ਪੌੜੀ ਦੇ ਉੱਤੇ ਮੌਂਟੀ ਬਣਾਉਂਦੇ ਹੁੰਦੇ ਉਹਦੇ ਲਈ ਆਪਣਾ ਲਗਭਗ ਫਾਈਨਲ ਹੀ ਆ ਅੱਜ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਉੱਧਰ ਇੱਧਰਲਾ ਕੰਮ ਆਪਣਾ ਪੂਰਾ ਫਾਈਨਲ ਹੋ ਗਿਆ ਹੁਣ ਰੰਗ ਰਹਿ ਗਿਆ ਕਰਾਉਣ ਵਾਲਾ ਬਸ ਬਾਕੀ ਲਗਭਗ ਸਾਰਾ ਏ ਟੂ ਜੈਡ ਫਾਈਨਲ ਹੀ ਆ ਠੇਕੇਦਾਰ ਜੀ ਹੋਰ ਠੇਕੇਦਾਰ ਚੱਲੀਏ ਚੱਲ ਆ ਫਰਸ਼ ਪਵਾਤਾ ਆਪਾਂ ਸਾਰਾ ਚੱਲ ਫਿਰ ਚੱਲੀ ਗਿਆ ਬੂਹਾ ਖੋਲ ਗਰਮੀ ਬੜੀ ਆ ਜੱਟ ਦੀ ਆ ਬਹੁਤ ਗਰਮੀ ਬਹੁਤ ਆ ਬਈ ਪਰ ਸ਼ੁਕਰ ਆਪਣੀ ਗੱਡੀ ਦਾ ਨਾ ਏ ਸੀ ਸਹੀ ਆ ਲੜਾਈ ਫਿਰਦੇ ਸੀ ਸ਼ਹਿਰ ਦੇ ਵਿੱਚ ਸਮਾਨ ਪਿੱਛੇ ਸਿੱਟ ਲਿਆ ਆ ਇਲੈਕਟ੍ਰੀਸ਼ਨ ਦਾ ਸਰੀਏ ਦਾ ਵੀ ਆਰਡਰ ਦੇ ਕੇ ਸੀ ਜਾਂਦੇ ਹੋਏ ਹੁਣ ਵਾਪਸ ਆਉਂਦੇ ਹਾਂ ਲੋਕੀ ਕਮਲੇ ਹੋਏ ਫਿਰਦੇ ਗਰਮੀ 'ਚ ਆ ਵੇਖੋ ਮੁੰਡੇ ਵਿਚਾਰੇ ਸਕੂਲ ਤੋਂ ਆਉਂਦੇ ਆ ਪਰਨੇ ਲਵੇਟੇ ਆ ਗਰਮੀ ਨਾਲ ਬੇਹਾਲ ਹੋਏ ਪਏ ਆ ਠੇਕੇਦਾਰ ਵੀ ਵਿਚਾਰਾ ਬੈਠਾ ਪਰ ਠੇਕੇਦਾਰ ਨੂੰ ਫਿਰ ਵੀ ਇੱਥੇ ਹਵਾ ਲੱਗੀ ਜਾਂਦੀ ਠੰਡੀ ਠੰਡੀ ਬਣਾਈਏ ਠੇਕੇਦਾਰਾਂ ਦੇਖੀਏ ਕਿੰਨੀ ਤੇਜ਼ ਜਾਂਦੀ ਆ ਆਪਾਂ ਠੀਕ ਤੋਂ ਕਰਾ ਹੀ ਲਿਆ ਹੈ ਗੱਡੀ ਹੁਣ ਜਿੱਥੇ ਮਰਜ਼ੀ ਲੈ ਜਾਓ ਬੰਬ ਆ ਸੰਗਤ ਪਤਾ ਨਹੀਂ ਕਿੱਥੋਂ ਆਉਂਦੀ ਆ ਬਸ ਭਰੀ ਸੰਗਤ ਨਾਲ ਤਰਨ ਤਾਰਨ ਤੋਂ ਆਏ ਆ ਬਸ ਵੀ ਤਰਨ ਤਾਰਨ ਪੱਟੀ ਦੀ ਆ
ਚਲੋ ਜੀ ਆ ਗਏ ਜੀ ਘਰ ਲੋਕ ਲਾ ਲਈਏ ਕੰਮ ਵਧੀਆ ਆ ਇਹ काम बढ़िया है। गर्मी कितना चाचा चाचा का भी डालेंगे वीडियो। चाचा कहता गर्मी बहुत ऐदा समान समून सैट लिया वे चौदह लिए वधिया है। यार रख ले आप पैपा का पूरा बंडल आगो पीछे पूरे से पूरा ही ये बंदा लभा है जेड़ा दुकानदारा सप्लाई करता ना ओदे को चक लई दे सारे पैप ना पूरे हैवी पाए मैं पूरा बंडल ही चक लईदा है या एक या दो लोड अनुसार पर पैप एक नंबर आ सब तो वधिया वड्डिया वड्डिया जिहड़ियां बिल्डिंगा बनदिया ना पांच पांच दस दस फलोर वालियां उन्हां च पैंदे इह पैप जिहड़े आपां उच्ची पाई जांदे आ टुटणे ही नहीं इह कदी। शामां पै गईआं ते इहदा मैं टैस्ट करन लगा आ। इक मैं ठेकेदार नूं फड़ाता आ इक मेरे कोल आ। हुण मैं पहले ठेकेदार नूं पुछ लवां आवाज़ आउंदी है कि नहीं। ठेकेदार नूं अंदर नूं खुल्लणा अंदर नूं अंदर 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 ठेकेदार जी आवाज आ रहा है कहाँ तक पहुँचे है वो मैं हेलो और ठेकेदार यार ठेकेदार बंद कर बटन छोड़ दिया करना बोल के वो बटन छोड़ता ही नहीं है बोल के बटन दबाई रखता है। हेलो अनु आवाज मारी अनु मैं समझावा यार चंगी तरह वो जो नपदा ना वो बोलता है तो दबाई रखता है उसको छोड़ता ही नहीं जब मैं बोलता हूँ फिर ही उसको सुने इधर आ समझावा तेन और ठेकेदार ने चंगी तरह समझा देव आ जा तू गलत काम करना यार पता क्या करना इधर आ देख जब तू बोलता ना हाँ जी बाजी आवाज आ रहा है तू दबाई रखता जो भी तू बोलना बोल के उसको छोड़ दे अच्छा। फिर मुझको सुन जाएगा है ना फिर जब मैं बोलूँगा पूरा बात सुन के उसके बाद तू बोली अच्छा अच्छा ऐसे करना है ठीक है ना। आ दे अब मैं बताता हूँ ठेकेदार आवाज आ रहा है हाँ जी आ रहा है एक सेकंड बाद ठीक है जब मान ला बटन दबाओगे ना आधे सेकंड बाद या एक सेकंड बाद बोलना तुमने आधे हाँ ठेकेदार आवाज आ रहा है हाँ जी आ रहा है इधर बोलना हाँ और मैं ना इधर नू चल रही हूँ तो देख दे कितने किलोमीटर तक आवाज आती ठीक है चलो यदि अज रेंज चेक करिए कितनी ਸੀਦਾ ਏਸੀ ਲਾ ਕੇ ਨਜ਼ਾਰੇ ਆਉਂਦੇ ਆ ਟਾਇਰ ਪਾਉਣ ਵਾਲੇ ਆ ਟਾਇਰਾਂ ਦੇ ਪੱਲੇ ਕੁੱਖ ਨਹੀਂ ਹੈਗਾ ਟਾਇਰਾਂ ਨਾਲ ਗੱਡੀ ਨਾ ਝੂਲੇ ਜੇ ਮਾਰਦੀ ਆ ਚੱਲਣ ਨੂੰ ਇਹ ਵੀ ਚੱਲੀ ਜਾਣੇ ਆ ਉਹ ਆਪਣੇ ਤੇ ਆ ਵੀ ਆਪਾਂ ਜ਼ਿਆਦਾ ਕੰਫਰਟੇਬਲ ਕਰਨੀ ਆ ਤਾਂ ਫਿਰ ਟਾਇਰ ਪਾ ਅਧਰੇ ਆ ਰੋਡਾਂ ਦੇ ਤੇ ਦੌੜਦੀ ਆ ਨਾ ਟਾਇਰਾਂ ਨਾਲ ਹਲਕੇ ਆ ਨਾ देखते हैं किन्ने किलोमीटर तक की हिसाब किताब आ मैं भी आ रहा खाली आ गया इतने रोक के ना एक किलोमीटर दे लगभग आ गया मैं। ठेकेदार जी आवाज आ रहा है आवाज नहीं आ रहा है ठेकेदार आ रहा है जी आ रहा है मैं बाबा मोहनदास से आगे हूँ अभी तक आवाज मिले ओके ओके और आगे जाता हूँ आउंदी आ पर बेचना मकान जे बड़े आ हाँ जे होवे ना खुला एरिया मेरे ख्याल ना फिर तो ज्यादा होनी आ बाकी मैं दूजे फोन ते ना अपने घर तो जिथे हुण मैं जान दिया है वह लोकेशन देखूंगा ना कितने किलोमीटर बनता है थोड़ी जी होर अगे चल जाइए ये दोबारा पुछते हैं शीशे डाउन कर लिए शीशे ना शायद बाद फ्रीकुएंसी का फर्क ना पैंदा होवे आपां जो हैगा आ सारा मकाना के हिसाब ना मैं रिव्यू देन दिया है हजे घर ही घर आसे पासे उत्थे भी अपने घर के कोल भी
अच्छा ठेकेदार आवाज आ रहा है, आ रहा है कि नहीं आ रहा है? रेंज उड़ दी है, उड़ गई रेंज। लो भी मित्रों इत्थे मैं खड़ा है, आ अपनी लोकेशन आ ते आ अपना घर आ, ये बन दिया 750 मीटर ते साडा देखो इहदा मकान ही मकान आ, ओ मेन सड़क है उत्थों मैं आया माड़ा जिहा मुड़ के 750 मीटर ते ठेकेदार नूं पुछदे आ आवाज आउंदी कि नहीं आउंदी। ठेकेदार आवाज आ रहा है कि नहीं आ रहा है? सात सौ पचास मीटर ते आ रहा है। देख लो इन्ने मकाना दे बेच भी आउंदे ही आ, ते आपां ले आया इह ट्रैवल करन लई खाली थां जिथे टावर नहीं हुंदे बिलकुल उत्थे ते किलोमीटर बन्ने आ, किलोमीटर तक रेंज आऊगी आऊगी जरूर, इन्ना आपां नूं पता आ। एक वारी मैं फिर भी बाहर जाके ना कितने खुले थां ते उत्थे जाके भी टेस्ट कर लांगे, मतलब किलोमीटर दा आपां नूं अंदाजा हो गया भी किलोमीटर तक रेंज इहदी आउंदी आ खुले राह ते, ते मकाना दे विच थोड़ी जी घट जांदी आ 750 मीटर तक। हुण मैं मेरा ना सामने खड़ा हो गया ना इत्थों रेंज होए 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 इत्थों, हुण मैं ना उस सड़क ते आ गया आ जे इस सड़क ते अपना घर आ, हुण इत्थे साइड ते खड़ा हो गया ना करी इत्थों पुछ लैना की पता इत्थे रेंज ज्यादा आ गई होवे। 50 मीटर मैं इहनूं आ गया, हुण रह गया 750 आ हजे वी माड़ा जिहा आ ना। हाँ मैं इतने अपना घर हूँ पुछते ठेकेदार जी आवाज आ रहा है? हाँ जी आ रहा। सीधी सड़क देखा सीधी अपने घर में जाती है, मतलब खुले रात ते खुले थावां ते ओके रिपोर्ट आ 1 किलोमीटर 750 बहुत होंगे आ, साडा इतों घर नहीं दिसन दिया इन्नी दूर आ। ओ यार मकान बहुत ज्यादा हैं, मैं बाबा मोहनदास से आगे गया था वहां पर नहीं आती, बाबा मोहनदास तक बढ़िया आती है। ठीक है तो वापस आ जाइए। ओके 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 टेस्टिंग होगी कंप्लीट। 750 मीटर लावी आ गया मैं करे लाती गड्डी। यार पता क्या चक्कर है, मकान ज्यादा बने हैं है ना, इस करके रेंज इसकी बाबा मोहनदास तक आई। अगर हो ना खुला एरिया बिल्कुल जंगल फिर 1 किलोमीटर से ज्यादा है, फिर भी 1 किलोमीटर तक बहुत है, इतनी दूर थोड़ा गाड़ी ने आगे पीछे हो जाना 1 किलोमीटर तक, मतलब यार कहीं गाड़ी आगे चली जाए पीछे, अरे वो बातचीत करने के लिए है बढ़िया है। ठीक है बहुत बढ़िया है, मतलब 750 मीटर भीड़ वाले एरिए घर वाले एरिए खुले डुले एरिए ज्यादा हो सकती है अपना अंदाजा आ है। तो जे किसी ने बिजनेस लिए लैना आ फिर ओके रिपोर्ट आ, काम कार लिए लैना आ बहुत वधिया आ, जिन्ने मर्जी फ्लोर उपर थले हो पूरी रेंज ओके आ, वो मैं टेस्ट कर ली आ। ये अपना देसी रिव्यू जे कहूँगे खुले थान पर जाके फिर एक करी दे दूंगा जी, है ना जी। चंगा जी फिर कल मिलते हैं जी, नहा धो लीए काम कार दे विच फसे रही दा आ। अपना सरिया व्या ठेकेदार जिहड़ा लैन गए लै आउंदा आ, हुण ठेकेदार भी बस जाण वाला ही आ छुट्टी करन वाला ही आ, है ना। 6 बज गया ਵੱਜ ਗਿਆ ਸੀ ਹੁਣ ਟਾਈਮ ਹੋ ਗਿਆ ਹਨਾ ਕਿ ਨਹੀਂ ਟਾਈਮ ਹੋ ਗਿਆ ਹਾਂਜੀ ਟਾਈਮ ਹੋ ਗਿਆ ਇਹਦੇ ਵਿੱਚ ਬੋਲਤਾ ਬੋਲ ਟਾਈਮ ਹੋ ਗਿਆ ਜੀ ਹੋ ਗਿਆ ਠੇਕੇਦਾਰ ਸਾਹਿਬ ਠੀਕ ਹੈ ਜੀ ਚਲੋ ਚੰਗਾ ਜੀ ਬਾਏ ਬਾਏ ਓਕੇ